ਅੱਜਕੱਲ ਹਰ ਕੋਈ ਆਪਣੇ ਰੁਝੇਵੇਂ ਭਰੀ ਜ਼ਿੰਦਗੀ ਤੋਂ ਕੁਝ ਵੱਖਰਾ ਕਰਨਾ ਚਾਹੁੰਦਾ ਹੈ। ਇਸੇ ਤਹਿਤ ਪਟਿਆਲਾ ਦੇ ਕੁਝ ਡਾਕਟਰਾਂ ਵੱਲੋਂ ਇੱਕ ਸੰਗੀਤ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਆਪਣੇ ਪੇਸ਼ੇ ਤੋਂ ਇਲਾਵਾ ਆਪਣੇ ਸੰਗੀਤ ਦੇ ਟੈਲੈਂਟ ਨੂੰ ਪੇਸ਼ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਸੋ ਪਟਿਆਲਾ ਦੇ ਸਾਰੇ ਸੰਗੀਤ ਪ੍ਰੇਮੀ ਡਾਕਟਰਾਂ ਵੱਲੋਂ ਸੰਗੀਤ ਨੂੰ ਸਮਰਪਿਤ ਸਮਾਗਮ ਡਾਕਟਰ ਰਾਮ ਅਰੋੜਾ ਦੁਆਰਾ ਚਲਾਈ ਜਾ ਰਹੀ ਰਾਮ ਸੰਗੀਤ ਅਕੈਡਮੀ ਵਿਖੇ ਆਯੋਜਿਤ ਕੀਤਾ ਗਿਆ। ਇਹ ਸੰਗੀਤ ਸਮਾਗਮ ਡਾਕਟਰ ਸੁਰਿੰਦਰ ਕਪਲਾ ਦੀ ਅਗਵਾਈ ਹੇਠ ਹੋਇਆ। ਇਸ ਸਮਾਗਮ ਵਿੱਚ ਸਾਰੇ ਸੰਗੀਤ ਪ੍ਰੇਮੀ ਡਾਕਟਰਾਂ ਨੇ ਆਪਣੇ ਸੰਗੀਤ ਦੀ ਕਲਾ ਨਾਲ ਸਾਰਿਆਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਤੇ ਚੀਫ ਗੈਸਟ ਵਜੋਂ ਪਹੁੰਚੇ ਡਾਕਟਰ ਇੰਦਰਪ੍ਰੀਤ ਕੌਰ ਨੇ ਇਸ ਸਮਾਗਮ ਦੇ ਅਤੇ ਅਕੈਡਮੀ ਦੇ ਕਰਤਾ ਧਰਤਾ ਦੋਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਹਨਾਂ ਦੁਆਰਾ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਡਾਕਟਰ ਸੁਮੰਗਲ ਅਰੋੜਾ ਤੇ ਸਾਰੀ ਆਰਗੇਨਾਈਜ਼ਿੰਗ ਕਮੇਟੀ, ਜਿਨ੍ਹਾਂ ਨੇ ਬੜਾ ਸੋਹਣਾ ਐਫਰਟ ਕੀਤਾ ਕਿ ਹਰ ਮਹੀਨੇ ਇੱਕ ਵਾਰੀ ਸਾਰੇ ਸੰਗੀਤ ਪ੍ਰੇਮੀ ਸੰਗੀਤਕਾਰ ਇਕੱਠੇ ਹੋ ਕੇ ਇਸ ਤਰ੍ਹਾਂ ਇੱਕ ਐਫਰਟ ਕਰਦੇ ਨੇ ਕਿ ਆਪਣੀ ਕਲਾ ਨੂੰ ਆਪਣੇ ਸਾਥੀਆਂ ਸਾਹਮਣੇ ਉਭਾਰ ਸਕੀਏ। ਇਸ ਮੁਕਾਬਲੇ ਵਿੱਚ ਵਿਜੇਤਾ ਰਹੇ ਡਾਕਟਰ ਸੁਮੰਗਲ ਅਰੋੜਾ ਦੇ ਸਿਰ ਪਟਿਆਲਾ ਘਰਾਣੇ ਦਾ ਤਾਜ ਸਿਰਜਿਆ ਗਿਆ, ਜੋ ਕਿ ਡਾਕਟਰ ਸੁਰਿੰਦਰ ਕਪਿਲਾ ਦੇ ਸ਼ਾਗਿਰਦ ਵੀ ਹਨ। ਡਾਕਟਰ ਸੁਰਿੰਦਰ ਕਪਿਲਾ ਆਵਾਜ਼ ਪੰਜਾਬ ਦੀ ਵਿਜੇਤਾ ਰਹਿ ਚੁੱਕੇ ਹਨ ਅਤੇ ਕਲਾਸੀਕਲ ਸੰਗੀਤ ਵਿੱਚ ਉਹਨਾਂ ਨੂੰ ਗੋਲਡ ਮੈਡਲ ਹਾਸਲ ਹੈ। ਡਾਕਟਰ ਸੁਮੰਗਲ ਅਰੋੜਾ, ਜੋ ਕਿ ਪਟਿਆਲਾ ਦੇ ਮਸ਼ਹੂਰ ਡੈਂਟਿਸਟ ਵੀ ਹਨ, ਡਾਕਟਰ ਸੁਰਿੰਦਰ ਕਪਿਲਾ ਤੋਂ ਲਗਾਤਾਰ 10 ਸਾਲ ਸੰਗੀਤ ਦੀ ਤਾਲੀਮ ਪ੍ਰਾਪਤ ਕਰ ਚੁੱਕੇ ਹਨ ਅਤੇ ਉਹਨਾਂ ਦੁਆਰਾ ਡਾਕਟਰ ਸੁਮੰਗਲ ਅਰੋੜਾ ਨੂੰ ਗੀਤ ਪੇਸ਼ ਕਰਨ ਮਗਰੋਂ ਰੀਤੀ ਰਿਵਾਜ ਨਾਲ ਇਹ ਤਾਜ ਪਹਿਨਾਇਆ ਗਿਆ। ਲਗ ਜਾਗਲੇ ਕੇ ਫਿਰ ਹਸੀ ਰਾਤ ਹੋ ਨਾ ਹੋ, ਸ਼ਾਇਦ ਫਿਰ ਸਜਨਮ। ਮੈਂ ਕਹਿੰਦੀ ਵੀ ਕਿਸੇ ਵੀ ਲੈਵਲ ਦਾ ਸੰਗੀਤ ਹੋਵੇ, ਕਿਸੇ ਵੀ ਮਤਲਬ ਅਮੈਚੋਰ ਹੋਵੇ, ਪ੍ਰੋਫੈਸ਼ਨਲ ਹੋਵੇ, ਜਾਂ ਮਤਲਬ ਤੁਸੀਂ ਘਰਾਨੇਦਾਰ ਕਹਿ ਲਓ, ਜਿੱਥੇ ਵੀ ਸੰਗੀਤ ਹੁੰਦਾ, ਮੈਂ ਕਹਿੰਦੀ ਚਲੋ ਇਹ ਸੰਗੀਤ ਦੀ ਸੇਵਾ ਹੈ, ਹੋਣੀ ਚਾਹੀਦੀ ਹੈ। ਹੁਣ ਇੱਥੇ ਆ ਕੇ ਮੈਨੂੰ ਇਹ ਫੀਲ ਹੁੰਦਾ ਕਿ ਵੀ ਛੋਟੇ ਕਲਾਕਾਰ ਜਾਂ ਮਤਲਬ ਜਿਹੜੇ ਜਿਨ੍ਹਾਂ ਨੂੰ ਟਾਈਮ ਨਹੀਂ ਮਿਲਦਾ ਬਹੁਤਾ ਵੱਡੀਆਂ ਸਟੇਜਾਂ 'ਤੇ ਜਾਣ ਦਾ, ਇਹ ਬੜਾ ਅੱਛਾ ਰਾਮ ਸੰਗੀਤ ਸਭਾ ਜਿਹੜੀ ਹੈ ਹਰ ਬੰਦੇ ਨੂੰ ਮੌਕਾ ਦੇ ਰਹੀ ਹੈ ਕਿ ਉਹ ਆਪਣਾ ਜੋ ਉਹਨਾਂ ਦਾ ਟੈਲੈਂਟ ਹੈ ਉਹ ਇੱਥੇ ਆ ਕੇ ਆਪਣਾ ਸੁਣਾਉਣ, ਅਤੇ ਉਹਦੇ ਨਾਲ ਜਿਨ੍ਹਾਂ ਦਾ ਕੌਨਫੀਡੈਂਸ ਵੀ ਬਣਦਾ ਹੈ ਔਰ ਨਿਸਵਾਰਥ ਇਹ ਸੰਸਥਾ ਸੇਵਾ ਕਰ ਰਹੀ ਹੈ ਔਰ ਸੰਗੀਤ ਦੇ ਵਿੱਚ ਬੜਾ ਵੱਡਾ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ ਇਹ ਸੰਸਥਾ। ਮੈਂ ਇਹਨਾਂ ਨਾਲ ਬਹੁਤ ਖੁਸ਼ ਹਾਂ ਇਸ ਗੱਲ ਤੋਂ ਕਿ ਵੀ ਸੰਗੀਤ ਬਾਰੇ ਇੱਕ ਕੁਛ ਤਾਂ ਉਪਰਾਲਾ ਕਰ ਰਹੇ ਨੇ। ਪਟਿਆਲਾ ਘਰਾਣਾ ਤਾਂ ਇਹਦੇ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ, ਜਦੋਂ ਇਹ ਮੇਰਾ ਸ਼ਾਗਿਰਦ ਹੋਇਆ, ਗੰਡਾ ਬੰਦ ਹੋਇਆ ਜਾਂ ਮੈਥੋਂ ਸਿੱਖਦਾ ਰਿਹਾ, ਠੀਕ ਹੈ ਜੀ, ਉਹ ਤਾਂ ਮੇਰੇ ਨਾਲ ਜੁੜਿਆ ਹੀ ਹੋਇਆ ਪਟਿਆਲਾ ਘਰਾਣਾ ਦਾ। ਅੱਜ ਤੋਂ ਇਹ 25-30 ਸਾਲ ਪਹਿਲਾਂ ਜਦੋਂ ਛੋਟਾ ਬੱਚਾ ਹੀ ਸੀਗਾ, ਬਹੁਤ ਯੰਗ ਸੀਗਾ ਇਹ ਬੱਚਾ, ਇਹ ਮੇਰੇ ਹੱਥਾਂ 'ਚ ਹੀ ਪਲਿਆ, ਹੱਥਾਂ 'ਚ ਇਹਨੇ ਮੇਰਾ ਸੰਗੀਤ ਸਿੱਖਿਆ ਸਾਰਾ ਮੈਥੋਂ, ਔਰ ਬੜਾ ਡਿਵੋਸ਼ਨ ਨਾਲ ਸਿੱਖਿਆ, ਇਹ ਨਹੀਂ ਕੋਈ ਕਾਹਲੀ ਨਹੀਂ ਕੀਤੀ। ਜਿੰਨੀ ਦੇਰ ਵੀ ਮੈਂ ਉਹਨੂੰ ਜਿਹੜੀਆਂ ਵੀ ਕੰਪੋਜੀਸ਼ਨਸ ਜੋ ਵੀ ਸਿਖਾਇਆ, ਤਾਲ ਸੁਰ ਵਗੈਰਾ ਦਾ ਗਿਆਨ ਇਹਨੇ ਮੇਰੇ ਤੋਂ ਪ੍ਰਾਪਤ ਕੀਤਾ, ਜਿੰਨਾ ਵੀ ਮੈਂ ਇਹਨੂੰ ਦੇ ਸਕੀ, ਉਹਨੇ ਦਿਲੋਂ ਇਹਨੂੰ ਆਪਣੀ ਵਿੱਦਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹਨੇ ਅਪਣਾਈ ਵੀ ਹੈ ਉਹ ਵਿੱਦਿਆ, ਅਤੇ ਅੱਜ ਇਹਦਾ ਇਹਦੀ ਮਿਹਨਤ ਦਾ ਫਲ ਸਦਕਾ ਹੈ ਕਿ ਜਿਹੜਾ ਇਹ ਅੱਜ ਵੋਇਸ ਆਫ ਪੰਜਾਬ ਤੋਂ ਅੱਗੇ ਜਾ ਕੇ ਇੰਡੀਆ ਲੈਵਲ 'ਤੇ ਵੀ ਜਾ ਕੇ ਆਪਣਾ ਨਾਂ ਕਮਾ ਰਿਹਾ ਹੈ। ਆਈ ਐਮ ਵੈਰੀ ਪ੍ਰਾਊਡ ਆਫ ਹਿਮ।
ਉੱਥੇ ਹੀ ਪਟਿਆਲਾ ਘਰਾਣੇ ਦਾ ਤਾਜ ਹਾਸਲ ਕਰ। ਡਾਕਟਰ ਸੁਮੰਗਲ ਅਰੋੜਾ ਅਤੇ ਉਹਨਾਂ ਦੀ ਧਰਮ ਪਤਨੀ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਸੰਗੀਤ ਨਾਲ ਆਪਣੇ ਪ੍ਰੇਮ ਦੇ ਬਾਰੇ ਜਾਣੂ ਕਰਵਾਇਆ। ਇਹ ਸਾਡੀ ਰਾਮ ਸੰਗੀਤ ਅਕੈਡਮੀ ਜੋ ਅਸੀਂ 3 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਔਰ ਇਹਦੇ ਵਿੱਚ ਅਸੀਂ ਤਕਰੀਬਨ ਹਰ ਸਾਲ ਇੱਕ ਬੜਾ ਪ੍ਰੋਗਰਾਮ ਵੀ ਕਰਾਉਂਦੇ ਹਾਂ ਔਰ ਇਹਦੇ ਵਿੱਚ ਜਿੰਨਾ ਵੀ ਟੈਲੈਂਟ ਛੁਪਿਆ ਹੋਇਆ ਟੈਲੈਂਟ ਰਹਿ ਗਿਆ ਘਰਾਂ ਦੇ ਵਿੱਚ ਬੈਠੇ ਨੇ ਜਿਹੜੇ ਬਜ਼ੁਰਗ ਵੀ ਨੇ ਖਾਸ ਕਰ ਜਿਨ੍ਹਾਂ 'ਚ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਗਾਉਣ ਦਾ ਸ਼ੌਂਕ ਹੈ ਜਿਹੜੇ ਰਿਟਾਇਰ ਹੋਏ ਨੇ ਜਿਹੜੇ ਆਪਣੇ ਘਰ ਘਰਸਤੀ ਤੋਂ ਬਾਅਦ ਥੋੜ੍ਹੇ ਟੈਨਸ਼ਨ ਫਰੀ ਚਾਹੁੰਦੇ ਹਾਂ ਵੀ ਅਸੀਂ ਥੋੜ੍ਹਾ ਜਿਹਾ ਆ ਕੇ ਟੈਨਸ਼ਨ ਫਰੀ ਹੋਈਏ ਔਰ ਉਹਨਾਂ ਨੂੰ ਅਸੀਂ ਸਟੇਜ ਦਿੰਦੇ ਹਾਂ ਔਰ ਉਹਨਾਂ ਨੂੰ ਬਹੁਤ ਵਧੀਆ ਪਲੈਟਫਾਰਮ ਅਸੀਂ ਗਾਉਣ ਦਾ ਦਿੰਦੇ ਹਾਂ। ਇਹ ਰਾਮ ਸੰਗੀਤ ਅਕੈਡਮੀ ਵੱਲੋਂ ਇੱਥੇ ਦਿੱਤਾ ਜਾਂਦਾ ਪਟਿਆਲੇ। ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਦਿਨ ਹੈ ਕਿਉਂਕਿ ਇਹ ਹਰ ਇੱਕ ਸਿੰਗਰ ਵਾਸਤੇ ਹਰ ਇੱਕ ਆਰਟਿਸਟ ਵਾਸਤੇ ਜੇ ਤੁਸੀਂ ਦਿਲੋਂ ਮੰਨੋ ਤਾਂ ਇੱਕ ਜਨਮ ਸਫਲ ਹੋ ਜਾਂਦਾ ਜਦੋਂ ਉਹ ਮੈਂ ਇਸ ਅੱਜ ਦਿਨ ਨੂੰ ਦੇਖ ਰਿਹਾ ਵੀ ਇਹ ਮੇਰਾ ਜਨਮ ਅਸਫਲ ਹੋ ਗਿਆ ਕਿਉਂਕਿ ਅੱਜ ਮੇਰੇ ਗੁਰੂ ਜੀ ਡਾਕਟਰ ਸੁਰਿੰਦਰ ਕਪਿਲਾ ਜੀ ਜੋ ਪਟਿਆਲਾ ਘਰਾਣੇ ਤੋਂ ਬਹੁਤ ਹੀ ਫੇਮਸ ਔਰ ਜਿਨ੍ਹਾਂ ਦੇ ਕੋਲ ਅਸਲ ਦੇ ਵਿੱਚ ਜਿਨ੍ਹਾਂ ਦੇ ਕੋਲ ਪਟਿਆਲਾ ਘਰਾਣਾ ਬੋਲਦਾ ਹੈ ਜਿਨ੍ਹਾਂ ਨੇ ਤਾਲੀਮ ਲਿੱਤੀ ਹੈ ਉਸਤਾਦਾਂ ਤੋਂ ਔਰ ਉਹਨਾਂ ਨੇ ਮੈਨੂੰ ਅੱਜ ਪਟਿਆਲਾ ਘਰਾਣਾ ਉਹਨਾਂ ਨੇ ਇਸ ਘਰਾਣੇ ਦਾ ਇੱਕ ਡਿਸਾਈਪਲ ਹੋਣ ਦਾ ਮੈਨੂੰ ਮਾਣ ਬਖਸ਼ਿਆ ਔਰ ਉਹਨਾਂ ਦੇ ਆਸ਼ੀਰਵਾਦ ਦੇ ਰਾਹੀਂ ਅੱਜ ਮੈਨੂੰ ਇਸ ਇਹ ਮਾਣ ਮਿਲਿਆ। ਸਾਡੇ ਚੀਫ ਗੈਸਟ ਬਹੁਤ ਹੀ ਮਾਣਯੋਗ ਡਾਕਟਰ ਇੰਦਰਪ੍ਰੀਤ ਕੌਰ ਜੀ ਜਿਹੜੇ ਕਿ ਅੱਜ ਸ਼ਹਿਰ ਪਟਿਆਲੇ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਆਪਣਾ ਇੱਕ ਬਹੁਤ ਵਧੀਆ ਨਾਮ ਬਣਾ ਚੁੱਕੇ ਨੇ ਕਿਉਂਕਿ ਉਹ ਡਿਵੋਸ਼ਨਲ ਸੌਂਗਸ ਦੇ ਰਾਹੀਂ ਘਰਾਂ ਘਰਾਂ ਦੇ ਵਿੱਚ ਸੰਗੀਤ ਨੂੰ ਭੇਜ ਰਹੇ ਨੇ ਔਰ ਇੱਕ ਨਵਾਂ ਉਹਨਾਂ ਦਾ ਸ਼ੁਰੂ ਹੋਇਆ ਪੰਜਾਬੀ ਜਿੰਗਲਸ। ਦੇਖੋ ਜਿਨ੍ਹਾਂ ਨੇ ਬੱਚਿਆਂ ਦਾ ਮਨ ਮੋਹ ਲਿਆ ਉਹਨਾਂ ਨੇ ਸਾਰਾ ਕੁਝ ਮੋਹ ਲਿਆ ਕਿਉਂਕਿ ਇਹਨਾਂ ਦੇ ਪੰਜਾਬੀ ਜਿੰਗਲਸ ਵਿੱਚ ਇੱਕ ਇਹ ਖਾਸੀਅਤ ਹੈ ਕਿ ਛੋਟੇ ਤੋਂ ਲੈ ਕੇ ਬੜੇ ਤੱਕ ਇੱਕਦਮ ਐਨ ਭੰਗੜਾ ਪਾਉਂਦੇ ਨੇ ਔਰ ਕਿਆ ਬਾਤ ਹੈ ਇਹਨਾਂ ਦਾ ਜਿਹੜਾ ਬਰਥਡੇ ਵਿਸ਼ਿਜ਼ ਆ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਇਹਨਾਂ ਨੇ ਪੰਜਾਬੀ ਜਿੰਗਲਸ ਨੂੰ ਆਪਣੀ ਆਵਾਜ਼ ਦੇ ਰਾਹੀਂ ਇਹਨਾਂ ਨੇ ਜਿਹੜਾ ਇੱਕ ਸਭ ਨੂੰ ਦਿਖਾਇਆ ਉਹ ਬਹੁਤ ਵਧੀਆ ਚੀਜ਼ ਹੈ। ਬਹੁਤ ਅੱਛਾ ਲੱਗਦਾ ਹੈ ਯਹਾਂ ਪੇ ਸੁਣ ਕੇ, ਬਹੁਤ ਅੱਛੇ ਅੱਛੇ ਯਹਾਂ ਪੇ ਲੋਕ ਆਤੇ ਹੈ, ਬਹੁਤ ਅੱਛਾ ਗਾਤੇ ਹੈ, ਇੱਕ ਰਿਫਰੈਸ਼ਮੈਂਟ ਹੋ ਜਾਤਾ ਹੈ ਦਿਮਾਗ ਕੋ, ਜੈਸੇ ਫਰੈਸ਼ ਹੋ ਗਏ। ਇਤਨੀ ਭਾਗ ਦੌੜ ਬੜੀ ਜ਼ਿੰਦਗੀ ਮੇਂ ਜੈਸੇ ਕਹਤੇ ਹੈ, ਥਕਨਾ ਮਨਾ ਹੈ, ਬਸ ਵਹੀ ਵਾਲਾ ਹਿਸਾਬ ਹੈ ਯਹਾਂ ਪਰ ਵੀ। ਡਾਕਟਰ ਸੁਮੰਗਲ ਅਰੋੜਾ ਕੋ ਅੱਜ ਬਹੁਤ ਬੜਾ ਟਾਈਟਲ ਮਿਲਾ ਹੈ ਪਟਿਆਲਾ ਘਰਾਣੇ ਕਾ, ਮੇਰੇ ਹਸਬੈਂਡ ਹੈ, ਮੁਝੇ ਬਹੁਤ ਪ੍ਰਾਊਡ ਹੈ ਇਨ ਪੇ, ਬਹੁਤ ਅੱਛਾ ਹੈ, ਬਹੁਤ ਖੁਸ਼ ਹੂੰ, ਮੁਝੇ ਲਗਤਾ ਇਸ ਸੇ ਜ਼ਿਆਦਾ ਖੁਸ਼ੀ ਕਾ ਕੋਈ ਦਿਨ ਨਹੀਂ ਹੈ, ਇਤਨਾ ਬੜਾ ਇਨਕੋ ਟਾਈਟਲ ਮਿਲਾ ਹੈ ਅੱਜ। ਇਸ ਮੌਕੇ 'ਤੇ ਰਾਮ ਸੰਗੀਤ ਅਕੈਡਮੀ ਦੇ ਕਰਤਾ ਧਰਤਾ ਸ਼੍ਰੀ ਰਾਮ ਅਰੋੜਾ ਅਤੇ ਉਹਨਾਂ ਦੀ ਧਰਮ ਪਤਨੀ ਬਿੰਦੂ ਅਰੋੜਾ ਵੀ ਮੌਜੂਦ ਸਨ। ਇਸ ਮੌਕੇ 'ਤੇ ਸ਼੍ਰੀ ਭਗਵਾਨ ਦਾਸ ਗੁਪਤਾ, ਡਾਕਟਰ ਅਨੁਰਾਗ ਜੋਸ਼ੀ, ਸ਼੍ਰੀ ਨਰਿੰਦਰ ਅਰੋੜਾ, ਸਰਦਾਰ ਭੁਪਿੰਦਰ ਸਿੰਘ, ਸ਼੍ਰੀ ਅਸ਼ਵਨੀ, ਸ਼੍ਰੀ ਗਰੋਵਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।